सो जी सत श्री अकाल जी सारे नूं तुहाडा सारे दा एक वारी फिर तो वैलकम आ। मैं तुहाडे नाल प्रोमिस किया कि मैं तुहानूं नैक्सट व्लॉग दे विच अपनी विआह दा नैक्सट भी पार्ट भी दिखाऊंगी। सो मैं अज लैके आई हां तुहाडे वास्ते अपनी जागो दा। जिहड़ी लास्ट टाइम तुसीं देखिया सीगा उहदे विच असीं दोनों है नहीं सी, ना ही मेरा सहुरा परिवार सीगा। सो ये जदों कुड़ी वाले ने अपनी जागो कढ ली सी, यानी कि असीं उस तों बाद मुंडे वाले आए सीगे ते इहनां ने उत्थे आ के अपना नच नुच लिया सीगा, बहुत इंजॉय किया सीगा असीं। ये मेरे पापा ते डैडी। एक गल तुहानूं फनी गल दसां, इत्थे पता बोली किहड़ी पैण डई सीगी, भाबियां वाली बोली पाउण डिया सीगा उह कोई। आ मेरे मास्टर जी आ, इत्थे बोली पता किहड़ी पैण डई सी, गिरधारी लाल सुणा इतने साड़िया ने घेर लिया गोल गप्पे बेचता। ये जिहड़ी तुसीं मेरी जैकट पाई हुई देख रहे हो ना, सूट के उपर की रैड कलर की फुलकारी नीचे है ना, उपर की फुलकारी ली आ। ये जैकट मेरे मम्मी के विआह की आ, मेरी इच्छा सी कि मैं पावा, सो मैं जागो के फंक्शन च पाई सी। तुसीं देख सकते हो बहुत ज़्यादा सोहनी तो यूनीक जी जैकट सी। ये सोहनी जी कुड़ी जिहड़ी तुहानूं देख रही आ, वह फिरोजी सूट दे विच, ये तुसीं जानदे आ, ते ये मुंडा भी तुसीं जानदे आ। मुंडा बहुत नर्वस आ, अज तलवार फड़ के लैके आया, क्यों तुहानूं की लगता है कोई कुछ कहूगा तो तलवार कढ लूंगा? ਆ ਮੈਂ ਚਲੀ ਕੇ ਵੇਖ ਲੈ ਉਸ ਗੁੱਸੇ ਆ ਗਈ ਮਰੋੜਾ ਮਾਰ ਕੇ। ਪਰਸਨੈਲਿਟੀ ਵਾਕਈ ਮੇਰੀ ਪਰਸਨੈਲਿਟੀ ਸੀ। ਹਾਂ ਸਹੀ ਗੱਲ ਆ, ਹੁਣ ਵੀ ਕਰੋ ਯਾਰ ਉਹ ਵਿੰਦੀ ਪਰਸਨੈਲਿਟੀ ਨਾਲ, ਜਿਹੜੇ ਮੁੱਛਾਂ ਵੀ ਚੇਂਜ ਹੋ ਗਈਆਂ ਹੈ ਨਾ। ਆ ਮੇਰੀਆਂ ਦੀਦੀਆਂ ਨੇ, ਨਣਾਨਾ ਵਾ ਕੁਛ, ਮੇਰੀਆਂ ਭੈਣਾਂ ਨੇ, ਉਹ ਮੇਰੀ ਭਾਬੀ ਆ। ਆ ਤੁਸੀਂ ਜਾਣਦੇ ਆ ਜਿਹੜੀ ਵਿੱਚ ਲੰਮੀ ਲਾਂਝੀ ਜੀ ਕੁੜੀ ਹੈ ਇੱਕ, ਹੈ ਨਾ। ਆ ਮੁੰਡਾ, ਇਹ ਇਹਦੀਆਂ ਸਾਲੀਆਂ ਨੇ। ਅੱਛਾ ਮੇਰੇ ਨਾਲ ਨਹੀਂ ਨੱਚੇ, ਇਹ ਸਾਲੀਆਂ ਦੇ ਨੱਚਣ ਲੱਗ ਗਏ ਆ, ਤਾਂ ਹੀ ਮੈਂ ਚਲੀ ਗਈ ਸੀ ਉੱਥੋਂ ਚੁੱਪ ਕਰਕੇ। ਮੈਂ ਇੱਥੇ ਵੇਸਤੀ ਕਰੋ, ਉਹਨਾਂ ਨੂੰ ਚੰਗਾ ਚਲੇ ਜਾਓ। ਤੁਸੀਂ ਕਿਉਂ ਨਹੀਂ ਦੇਖਣ ਡੇ ਸੀ ਮੇਰੇ ਵੱਲ? ਤੁਸੀਂ ਮੇਰਾ ਡਾਂਸ ਹੀ ਨਹੀਂ ਕੀਤਾ ਬਿਲਕੁਲ ਵੀ ਜਾਗੋ 'ਚ। ਸਭ ਕੌਣ ਕੌਣ ਇਹ ਤੁਸੀਂ ਜਾਣਦੇ ਨਹੀਂ ਆ? ਕਮਾਲ ਆ, ਜੇ ਵਲੌਗ ਵੇਖ ਲੈਣਾ ਉਹਨਾਂ ਨੇ ਦੱਸਣਗੇ ਤੁਹਾਨੂੰ ਚੰਗੀ ਤਰ੍ਹਾਂ। ਆਹ ਕੁੜੀ ਕੌਣ ਆ ਜਿਹੜੀ ਆ ਜਿਹੜੀ ਉਰਲੇ ਪਾਸੇ? ਇਹ ਮੁਸਕਾਨ ਆ, ਉਹ ਰਮਨ ਦੀਦੀ ਆ, ਉਹ ਪ੍ਰਭ ਦੀਦੀ ਆ, ਉਹ ਨਵੀਂ ਸੀਗੀ। ਹਾਂ ਮੁਸਕਾਨ ਵੱਡੀ ਹੋ ਗਈ। ਚਲੋ ਭਾਈ ਸੋ ਇੱਥੇ ਹੁਣ ਭਾਜੀ ਬੋਲੀ ਪਾਉਂਦੇ ਆ। ਇਹ ਸਾਡਾ ਸਾਰਿਆਂ ਤੋਂ ਛੋਟਾ ਪ੍ਰਾਹੁਣਾ, ਇੱਥੇ ਨੂੰ ਢੋਲ ਦਾ ਢੋਲ ਵਜਾਉਣਾ ਪਸੰਦ ਨਹੀਂ ਸੀ ਆਇਆ, ਤਾਂ ਕਰਕੇ ਦੋ ਤੋਂ ਤਿੰਨ ਵਾਰੀ ਬੋਲੀ ਵਾਪਸ ਤੋਂ ਰਿਪੀਟ ਕੀਤੀ ਸੀ। ਨੱਚ ਨੱਚ ਤੂੰ ਕਿਤੇ ਵਿੱਚ ਨੱਚ, ਵੇਖ ਲਓ ਮੈਂ ਸੋਚਣ ਦੀ ਨਾ ਤੁਸੀਂ ਮੈਨੂੰ ਕਹੋਗੇ ਡਾਂਸ ਕਰਨ ਨੂੰ। ਤੇ ਹੁਣ ਜੀ ਇਹ ਟਾਈਮ ਆ ਗਿਆ ਵਾ ਬਰਾਤ ਆ, ਇਹ ਸਵੇਰ ਦੀ ਆ, ਤੇ ਇੱਥੇ ਅਸੀਂ ਰੈਸਟੋਰੈਂਟ 'ਚ ਰੁਕੇ ਸੀਗੇ। ਮੁੰਡੇ ਦੀਆਂ ਭੈਣਾਂ ਨੱਚਦੀਆਂ ਗਾਉਂਦੀਆਂ ਬਹੁਤ ਖੁਸ਼ ਆ, ਮੁੰਡੇ ਦਾ ਕੋਈ ਅਤਾ ਪਤਾ ਨਹੀਂ ਮੁੰਡਾ ਕਿੱਥੇ ਆ। ਮੁੰਡਾ ਤਿਆਰ ਹੋਣ ਡਿਆ ਸੀ, ਉਹਦਾ ਤਿਆਰ ਤਿਊਰ ਹੋ ਕੇ ਤੇ ਆਪ ਆ ਗਿਆ, ਸੋਹਣੇ ਲੱਗਣ ਡਏ ਸੀ ਮੁੰਡੇ ਦੇ। ਉਹਦਾ ਦੇਖੋ ਵੀ ਕਿੰਨੀਆਂ ਮੇਰੀਆਂ ਸੋਹਣੀਆਂ ਨਣਾਨਾਂ ਨੇ ਸਾਰੀਆਂ ਹੀ, ਪਿੱਛੇ ਮੇਰੇ ਜੀਜੇ ਆ, ਵੀਰ ਆ, ਤੇ ਉਹ ਪਿੱਛੇ ਚਾਚੀ ਨੂੰ ਬਹੁਤ ਕੰਮ ਪੈਣ ਡਿਆ ਹੈ ਨਾ। ਉਹ ਆ ਗਿਆ ਸਰਵਾਲਾ, ਕਿੱਥੇ ਸਰਵਾਲਾ? ਉਹ ਰਿਹਾ ਪਿੱਛੇ ਸਰਵਾਲਾ, ਤੁਹਾਨੂੰ ਬਾਹਰ ਜਾ ਵੜਿਆ ਵਿਚਾਰਾ। ਕੋਈ ਨਹੀਂ, ਚਲੋ ਵਿਆਹ ਦਾ ਇੰਜੋਏ ਕਰ ਗਿਆ ਨਾ ਆਪਣਾ। ਸੋ ਇਹ ਟਾਈਮ ਆ ਗਿਆ ਹੁਣ ਸੇਰਾ ਬੰਨਣ ਦਾ, ਸੇਰੇ ਬੰਨਣ ਦਾ। ਤੇ ਮੈਨੂੰ ਇਹ ਨਹੀਂ ਸਮਝ ਆਉਂਦੀ ਸੇਰਾ ਕਿਉਂ ਬੰਨਦਾ ਮੁੰਡਾ ਆਪਣਾ, ਮਤਲਬ ਮੂੰਹ ਕਿਉਂ ਲਗਾ ਕੇ ਆਉਂਦਾ ਵੀ ਕਿਤੇ ਕੁੜੀ ਵਾਲੇ ਮੇਰੀ ਸ਼ਕਲ ਵੇਖ ਕੇ ਬੰਨਾ ਨਾ ਕਰ ਦੇਣ ਵੀ ਕਿਤੇ ਜੇ ਨਾ ਪਸੰਦ ਆਇਆ ਤੇ। ਪਸੰਦ ਕਰਕੇ ਤੇ ਰਿਸ਼ਤਾ ਕਰਕੇ ਗਏ, ਐਂ ਥੋੜ੍ਹਾ ਕਰਕੇ ਹੀ ਦੱਸ, ਕੀ ਪਤਾ ਖੰਡਾਰਾ ਹੋਊਗਾ ਮਨ 'ਚ ਤਾਂ ਹੀ ਆ। ਅੱਛਾ ਤੁਹਾਨੂੰ ਕਿਵੇਂ ਦਾ ਫੀਲ ਹੋ ਰਿਹਾ ਸੀ ਜਦੋਂ ਸੇਰਾ ਬੰਨਿਆ ਜਾ ਰਿਹਾ ਸੀ, ਤਿਆਰੀ ਹੋਣ ਡਈ ਸੀ, ਕਿਵੇਂ ਦਾ ਸੀ? ਘੈਂਟ ਜ਼ਬਰਦਸਤ, ਪੂਰਾ ਵਧੀਆ ਲੱਗਣ ਡਿਆ ਸੀ, ਪੂਰਾ ਵਧੀਆ। ਅੱਛਾ ਨਰਵਸ ਤਾਂ ਨਹੀਂ ਸੀ? ਨਰਵਸ ਸੀ। ਮੈਨੂੰ ਇੱਕ ਗੱਲ ਨਹੀਂ ਸਮਝ ਆਈ, ਦੇਖੋ ਕਿਆ ਸੋਹਣਾ ਮੁੰਡਾ ਤਿਆਰ ਹੋ ਗਿਆ ਵਿਆਹ ਵਾਲਾ, ਮੈਨੂੰ ਇੱਕ ਗੱਲ ਸਮਝ ਨਹੀਂ ਆਈ। ਬਰਾਤ ਨਾ ਜਾਣੀ ਹੁੰਦੀ ਨਾ, ਫਿਰ ਅਸੀਂ ਤੋਂ ਫਿਰੋਜ਼ਪੁਰੋਂ ਸਾਜਨ ਵਾਲੇ ਦੀ ਤਿਆਰੀ ਕਰਵਾਉਣੀ ਸੀ ਆਪਦੇ। ਉਹ ਕੌਣ? ਆ ਮੇਰੇ ਸਾਜਨ ਵਾਲੇ ਆ, ਇੱਥੇ ਬਹੁਤ ਜ਼ਿਆਦਾ ਫੇਮਸ ਆ।
ਆਪਣੀਆਂ ਤਿਆਰੀਆਂ ਕਰਾਉਂਦੇ ਰਿਹਾ ਕਰੋ। ਕਿਤੇ ਮੈਨੂੰ ਕਿਹਾ ਕਿ ਤੁਸੀਂ ਵੀ ਮੈਂ ਤੈਨੂੰ ਫਲਾਣੇ ਪਾਰਲਰ ਤੇ ਲੈ ਕੇ ਜਾਣਾ ਸੀ, ਟਿਕਾਣੇ ਪਾਰਲਰ ਤੇ ਲੈ ਕੇ ਜਾਣਾ ਸੀ, ਤੈਨੂੰ ਲੈ ਕੇ ਜਾਣਾ ਸੀ ਤੈਨੂੰ ਉੱਥੇ, ਮੈਂ ਫਲਾਣੇ ਥਾਂ ਤੋਂ ਕਟਿੰਗ ਕਰਾਉਣੀ ਸੀ, ਮੈਂ ਫਲਾਣੇ ਥਾਂ ਤੋਂ ਕੱਪੜੇ ਲੈਣੇ ਸੀ, ਕਦੀ ਮੇਰੀ ਵੀ ਗੱਲ ਕਰ ਲਿਆ ਕਰੋ। ਇਹ ਮੇਰੀਆਂ ਦੀਦੀਆਂ ਨੇ ਸਾਰੀਆਂ। ਸੋ ਆ ਕੀ ਤੁਸੀਂ ਖਾਣਾ ਬਣਾਉਣ ਡਏ ਸੀ ਸ਼ਾਇਦ, ਹੈ ਨਾ? ਭੈਣਾਂ ਕੋਲੋਂ ਆ ਮਾਤਾ ਪਿਤਾ ਦੀ ਰਸਮ ਆ ਸਾਡੇ। ਮੰਮੀ ਡੈਡੀ ਮੂੰਹ ਮਿੱਠਾ ਕਰਾ ਰਹੇ ਆ, ਡੈਡੀ ਨੂੰ ਬਹੁਤ ਚਲਦੀ ਆ, ਛੇਤੀ ਕਰ ਦਿਓ ਜਲਦੀ। ਅੱਛਾ ਮੈਨੂੰ ਇੱਕ ਗੱਲ ਵੈਸੇ ਸਮਝ ਨਹੀਂ ਆਈ ਆਪਣੇ ਵਿਆਹ 'ਚ, ਜਦੋਂ ਮੈਂ ਪਾਰਲਰ 'ਤੇ ਤਿਆਰ ਹੁੰਦੀ ਸੀ ਨਾ, ਮੈਂ ਤਿਆਰ ਹੋ ਕੇ ਬਹਿ ਕੇ ਲੱਡੂ ਖਾਣ ਦਾ ਸਟਾਈਲ ਵੇਖ, ਸੋਚੋ ਤਾਂ ਸਹੀ, ਮੈਂ ਤਿਆਰ ਹੋ ਕੇ ਇੱਕ ਘੰਟਾ ਬੈਠੀ ਨਹੀਂ, ਮੈਂ ਸੋਚਿਆ ਮੈਨੂੰ ਕਿਸੇ ਦਾ ਫੋਨ ਹੋਣ ਆਊਗਾ ਹੋਣ ਆਊਗਾ, ਪਰ ਮੈਨੂੰ ਕਿਸੇ ਦਾ ਫੋਨ ਨਹੀਂ ਆਇਆ ਵੀ ਜਲਦੀ ਆ ਜਾ, ਜਿਵੇਂ ਹੁੰਦਾ ਨਹੀਂ ਕੁੜੀਆਂ ਨੂੰ ਵੀ ਤਿਆਰ ਹੀ ਨਹੀਂ ਹੋਣ ਦਿੰਦੇ, ਛੇਤੀ ਆ ਜਾਓ ਛੇਤੀ ਆ ਜਾਓ, ਹੈ ਨਾ? ਮਤਲਬ ਐਂ ਤਸੱਲੀ ਨਾਲ ਤਿਆਰ ਤਿਉਰ ਹੋ ਕੇ ਬਹਿ ਕੇ ਆਰਾਮ ਨਾਲ ਆਈ ਸੀਗੀ। ਇਹ ਉਹ ਆ ਗਏ ਭਾਅ ਜੀ ਸੁਖਦੀਪ ਭਾਅ ਜੀ, ਇੰਨਾ ਚਾਅ ਚੜਿਆ ਨਾ ਮੈਂ ਕਿੰਨੀ ਵੱਡਾ ਵੱਡਾ ਪ੍ਰਾਹੁਣਾ ਇਹ, ਤੇਰਾ ਚੁੰਨੀ ਲੈ ਕੇ ਨੱਚ ਰਿਹਾ, ਫੁਲਕਾਰੀ ਲੈ ਕੇ ਦੇਖਿਆ ਉੱਤੋਂ ਐਨਕਾਂ ਲਾ ਕੇ ਐਂ ਆ। ਫਿਰ ਸਹੀ ਇੱਕ ਗੱਲ ਆ, ਬਸ ਤੁਸੀਂ ਰੌਣਕਾਂ ਬਹੁਤ ਲਾਤੀਆਂ ਸੀ ਉੱਧਰ, ਧੁੰਮਾਂ ਪੈ ਗਿਆ ਸੀ ਕਿ ਨਹੀਂ? ਧੁੰਮਾਂ ਪੂਰੀਆਂ ਪਾਤੀਆਂ ਸੀ, ਐਂ ਹੁੰਦਾ ਵਿਆਹ ਕੋਈ। ਅਤੇ ਤੁਸੀਂ ਕਿੱਥੇ ਆ? ਲਓ ਜੀ ਇੱਥੋਂ ਮੁੰਡਾ ਹੋ ਗਿਆ ਤਿਆਰ, ਅਤੇ ਤਿਆਰੀ ਖਿੱਚ ਚੁੱਕੀ, ਤਿਆਰੀ ਮੁੰਡੇ ਨੇ ਪਿੱਛੇ ਖੜੇ ਮੂਹਰੇ, ਤਾਂ ਫਿਰ ਹੁਣ ਇਹਨਾਂ ਨੇ ਆਪਣਾ ਸ਼ਗਨ ਵਿਹਾਰ ਕਰਨਾ ਸੀ, ਨੱਚਣਾ ਗਾਉਣਾ ਸੀ, ਫੁਲਕਾਰੀ ਦੇ ਥੱਲੇ ਗੱਭਰੂ ਨੌਜਵਾਨ ਆ ਰਿਹਾ ਗੁਰਦੁਆਰਾ ਸਾਹਿਬ ਨੂੰ ਵੱਧ ਰਹੇ ਫੇਰਾ ਲੈਣ ਵਾਸਤੇ। ਗੁਰਦੁਆਰਾ ਸਾਹਿਬ ਨਹੀਂ ਗਏ, ਤੁਸੀਂ ਪਹਿਲਾਂ ਨਾਸ਼ਤਾ ਕੀਤਾ ਸੀਗਾ, ਠੀਕ ਹੈ ਨਾ? ਨਾਸ਼ਤਾ ਤਾਂ ਅੱਛਾ ਆ ਗਿਆ ਪ੍ਰਭ, ਲੱਗੀ ਸੀ ਕਿ ਭੁੱਖ, ਪ੍ਰਭ ਹੁਣ ਬਹੁਤ ਵੱਡਾ ਹੋ ਗਿਆ, ਤੁਹਾਨੂੰ ਦਿਖਾਵਾਂਗੇ ਕਦੀ ਜਿਹੜੇ ਛੋਟੇ ਛੋਟੇ ਬੱਚੇ। ਵੈਸੇ ਮੈਂ ਦੇਖਿਆ ਬਾਕੀ ਲੋਕਾਂ ਨੂੰ ਨਹੀਂ ਫਰਕ ਪਿਆ, ਬਟ ਜਿਹੜੇ ਛੋਟੇ ਬੱਚੇ ਇਹਨਾਂ ਨੂੰ ਬਹੁਤ ਫਰਕ ਪੈ ਗਿਆ, ਹੈ ਨਾ? ਇਹ ਵੱਡੇ ਹੋ ਗਏ ਨਾ। ਹੋ 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 ਸੋ ਇਹ ਆ ਗਿਆ ਮੇਰੇ ਪਾਪਾ, ਡਾਂਸ ਵਿੱਚ ਦੇਖੋ ਬਹੁਤ ਸੋਹਣਾ ਭੰਗੜਾ ਪਾਉਂਦੇ ਆ ਮੇਰੇ ਪਾਪਾ, ਅਤੇ ਬਹੁਤ ਵੱਖਰੇ ਜਾ ਸੀ, ਬਹੁਤ ਸੋਹਣੇ ਲੱਗ ਰਹੇ ਆ। ਮੈਨੂੰ ਲੱਗਦਾ ਪਾਪਾ ਡਾਂਸ ਵਿੱਚ ਬਿਜੀ ਸੀਗੇ ਨੱਚਣ 'ਚ, ਤਾਂ ਹੀ ਮੈਨੂੰ ਪਾਪਾ ਨੇ ਕਿਹਾ ਨਹੀਂ ਬੇਟਾ ਜਲਦੀ ਕਰ ਲਓ ਜਲਦੀ ਤਿਆਰ ਹੋ ਜਾਓ, ਹੈ ਨਾ? ਇਸੇ ਕਰਕੇ ਮੈਂ ਚਲੋ ਜੀ ਬੈਠ ਗਈ ਗੱਡੀ 'ਚ। ਆ ਗਏ ਆ ਤੁਸੀਂ ਪੈਲਸ 'ਚ, ਆ ਗਏ ਸੀਗੇ, ਆਓ ਮੇਰੀ ਮੰਮਾ। ਹੁਣ ਵੇਖੋ ਇਹਨਾਂ ਨੇ ਸਾਰੇ ਦਿਨ ਨਾ ਇਹ ਨਹੀਂ ਸੋਚਣਾ ਕਿ ਅਸੀਂ ਆ ਬਸ ਦੀਦੀ ਮਿਲ ਗਏ, ਹੈ ਨਾ? ਇਹਨਾਂ ਨੇ ਦੀਦੀਆਂ ਨੇ ਨੱਚਦੀ ਨੱਚਦੀ ਮਿਲ ਗਈਆਂ, ਦੇਖਿਆ ਇੱਕ ਮਿੰਟ ਨਹੀਂ ਰੁਕੀਆਂ। ਫਿਰ ਜ਼ਿਆਦਾ ਚਾਹ ਸੀ ਨਾ ਵਿਆਹ ਦਾ, ਅਤੇ ਹੁਣ ਇਹਨਾਂ ਨੂੰ ਲੱਗ ਗਈ ਸੀਗੀ ਬਹੁਤ ਜ਼ਿਆਦਾ ਭੁੱਖ, ਅਤੇ ਫੇਰੇ ਕਰਾਉਣ ਤੋਂ ਪਹਿਲਾਂ ਅਸੀਂ ਹਾਂ ਵਾਕਈ ਨਾਸ਼ਤਾ ਕਰਨ ਗਏ ਸੀ। ਮੈਂ ਇੱਥੇ ਸ਼ਾਇਦ ਪਾਰਲਰ 'ਚ ਹੀ ਸੀਗੀ ਹਜੇ, ਹੈ ਨਾ? ਯਾਰ ਮੈਨੂੰ ਲੱਗਦਾ ਨਾ ਮੈਂ ਬਾਹਰ ਗੱਡੀ ਵਿੱਚ ਬੈਠੀ ਸੀ, ਵੇਟ ਕਰੀ ਜਾਂਦੀ ਸੀ ਤੁਹਾਡਾ। ਨਹੀਂ 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 ਅੱਛਾ ਇੱਕ ਮਿੰਟ, ਆਹ ਮੇਰੇ ਨਾਨਾ ਜੀ ਆ ਜਿਹੜੇ ਸਾਈਡ 'ਤੇ ਬੈਠੇ ਹੋਏ ਆ, ਅਤੇ ਇਹ ਹੁਣ ਹੈ ਨਹੀਂ ਗੇ, ਮਤਲਬ ਖਤਮ ਹੋ ਗਏ, ਉਦੋਂ ਵਿਆਹ 'ਚ ਆਏ ਸੀਗੇ, ਮਤਲਬ ਤਬੀਅਤ ਖਰਾਬ ਸੀ, ਬਜ਼ੁਰਗ ਸੀਗੇ, ਬਟ ਫਿਰ ਵੀ ਆਏ, ਅਤੇ ਇੱਥੇ ਹੁਣ ਇਹਨਾਂ ਨੂੰ ਮਿਲਣਗੇ। ਇੱਕ ਤੁਸੀਂ ਇਹਨਾਂ ਦੀ ਗੱਲ ਨੋਟ ਕਰਿਓ, ਅੱਗੇ ਤੁਹਾਨੂੰ ਮੈਂ ਦਿਖਾਉਂਦੀ ਹਾਂ ਹੁਣੇ, ਕਿ ਆਹ ਆ ਗਏ ਮੇਰੇ ਪਾਪਾ ਦੋਵੇਂ, ਬਹੁਤ ਦੇਰ ਪਿੱਛੇ ਮਾਸੜ ਜੀ ਖੜ੍ਹੇ ਆ, ਪਤਾ ਨਹੀਂ ਕੀ ਸਲਾਹਾਂ ਕਰੀ ਜਾਂਦੇ ਤਿੰਨੋਂ ਜਾਣੇ, ਹੈ ਨਾ? ਅਤੇ ਆਹ ਵੇਖਿਓ ਇੱਥੇ ਹੁਣ ਤੁਸੀਂ ਫੋਟੋ ਖਿਚਾਉਣ ਲੱਗੇ ਮੇਰੇ ਨਾਨਾ ਜੀ ਦੇ ਨਾਲ, ਨਾਨਾ ਜੀ ਨੇ ਪਹਿਲਾਂ ਆਪਣੇ ਚਸ਼ਮੇ ਕੱਢੇ, ਹੁਣ ਵੇਖਿਓ ਉਹਨਾਂ ਨੂੰ ਚਸ਼ਮਾ ਲਗਾਉਣਗੇ, ਸਾਰੇ ਜਣੇ ਖੜ੍ਹੇ ਆ ਪਿੱਛੇ ਫੋਟੋ ਵਾਸਤੇ ਤਿਆਰ, ਹੁਣ ਮੁੱਛਾਂ ਨੂੰ ਵੱਟ ਦੇਣਗੇ, ਹੁਣ ਦਾੜੀ ਸਹੀ ਕਰਨਗੇ, ਹੁਣ ਸਹੀ ਹੋ ਕੇ ਬਹਿਣਗੇ, ਵੇਖਿਆ ਸਹੀ ਗੱਲ ਆ। ਇੰਨੇ ਟੌਰ ਵਾਲੇ ਸੀਗੇ ਅਤੇ ਸੋਹਣੇ ਵੀ ਆ, ਕਿੰਨੇ ਜ਼ਿਆਦਾ ਲੱਗਦੇ ਆ, ਹੈ ਨਾ? ਕੀ ਗੱਲਾਂ ਬਾਤਾਂ ਕਰਦੇ ਸੀ ਤੁਹਾਡੇ ਨਾਲ? ਬਸ ਹਾਲ ਚਾਲ ਪੁੱਛਦੇ ਸੀਗੇ ਅਤੇ ਘਰ ਬਾਰ ਦਾ ਪੁੱਛਦੇ ਸੀ। ਲਓ ਜੀ ਇੱਥੇ ਹੁਣ ਆਪਾਂ ਉਤਰ ਗਏ ਹਾਂ ਗੁਰਦੁਆਰਾ ਸਾਹਿਬ, ਇੱਥੇ ਹੁਣ ਗਏ ਆਪਣੇ ਫੇਰੇ, ਅਤੇ ਇਹ ਸਾਡਾ ਪ੍ਰਾਹੁਣਾ ਸਾਹਿਬ ਜੀ ਆ, ਜੋ ਮੇਰੇ ਛੋਟੀਆਂ ਮੋਟੀਆਂ ਕਮੀਆਂ ਜਿੱਦਾਂ ਕਿ ਆ ਸਿਹਰੇ ਵਗੈਰਾ ਸਹੀ ਕਰਦੇ ਹੋਏ, ਆ ਮੇਰੇ ਚਾਚਾ ਜੀ ਆ, ਸਾਡੇ ਸਾਰੇ ਵਿਆਹਾਂ ਦੇ ਵਿੱਚ ਚਾਚਾ ਜੀ ਪ੍ਰਧਾਨ ਹੁੰਦੇ ਆ। ਹਾਂ ਪਿਛਲੇ ਪਾਸੇ ਮੈਂ ਖੜ੍ਹੀ ਹਾਂ, ਮੈਂ ਅੱਜ ਗੱਡੀ 'ਚੋਂ ਨਹੀਂ ਨਿਕਲੀ, ਇੱਥੇ ਅਰਦਾਸ ਹੋਣ ਡਈ ਆ ਹੁਣ, ਹੈ ਨਾ? ਇੱਥੇ ਅਰਦਾਸ ਹੋਣ ਡਈ ਆ। ਇਹ ਬਾਬੇ ਨੇ ਸਾਡੀ ਪਿੜਦਾ ਸੀ ਨਾ ਆਪਾਂ ਨੂੰ ਕੱਟ ਕੇ, ਇਹ ਮੇਰੇ ਸਹੁਰਾ ਸਾਹਿਬ ਆ, ਫੁੱਫੜ ਜੀ, ਫੁੱਫੜ ਜੀ ਸੀਗੇ,
सो जी इस तो अगे हुण आपां फेरियां दे विच मिलांगे, सो प्लीज़ बने रहो। थैंक यू साडे अगले ब्लॉग दा।